ਫੇਸਬੁੱਕ ਤੇ ਦੇਖਿਆ ਸੀ ਕਹਿੰਦੇ ਕਿ ਉਹ ਇੱਕ ਭਈਆ ਆਇਆ ਦਿੱਲੀ ਤੋਂ ਪੰਜਾਬ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਜਾਣਕਾਰੀ ਰੱਖਣੀ ਚਾਹੀਦੀ ਹੈ ਜੇ ਭਈਏ ਨਾ ਹੁੰਦੇ ਪੰਜਾਬ ਤਾਂ ਪਹਿਲਾਂ ਡੁੱਬ ਜਾਣਾ ਸੀ ਮਰ ਜਾਣਾ ਸੀ ਪਰ ਭਈਆ ਨੇ ਹੀ ਸਾਨੂੰ ਇੱਥੇ ਖੜੇ ਕੀਤਾ ਆ ਅਸੀਂ ਵੀ ਇੱਥੇ ਭਈਏ ਆ ਸਾਰੇ ਲੇਬਰ ਕਰਦੇ ਆ ਦੈਟ ਡਜ਼ਨਟ ਮੈਟਰ ਤੁਸੀਂ ਕਿਹੜੀ ਜੋਬ ਕਰਦੇ ਆ ਪਰ ਅਸੀਂ ਆਪਣਾ ਕਮਾ ਕੇ ਖਾਂਦੇ ਸਾਡੀ ਇੱਥੇ ਸੁਣਵਾਈ ਹੁੰਦੀ ਆ ਅਸੀਂ ਕੋਈ ਵੀ ਗੱਲ ਕਹਿੰਦੇ ਆ ਸਾਨੂੰ ਕੋਈ ਲੋੜ ਹੁੰਦੀ ਅਸੀਂ ਅਪਰੋਚ ਕਰ ਸਕਦੇ ਆ ਉਹ ਸਾਡਾ ਪੰਜਾਬ ਆ ਸਾਡੇ ਮਾਂ ਪਿਓ ਉੱਥੇ ਜੰਮੇ ਅਸੀਂ ਉੱਥੇ ਜੰਮੇ ਅਸੀਂ ਤਾਂ ਪੁਲਿਸ ਸਟੇਸ਼ਨ ਜਾ ਕੇ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਸੋ ਪਲੀਜ਼ 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 ਇੱਕ ਵਾਰੀ ਚੂਜ਼ ਕਰ ਲਓ ਆਮ ਪਾਰਟੀ ਨੂੰ ਤੁਸੀਂ ਆਪੇ ਹੀ ਤੁਹਾਡੀਆਂ ਨੌਨੇਦਾਂ ਤੇ 12 ਸਜ਼ਾ ਹੋ ਜਾਣੀਆਂ ਆ ਤੇ ਪਲੀਜ਼ ਰਿਕੁਐਸਟ ਆ ਕਿ ਇੱਕ ਚਾਂਸ ਜ਼ਰੂਰ ਦਿਓ ਜਿਹੜੇ ਲੋਕ ਉੱਥੋਂ ਦੀਆਂ ਗੱਲਾਂ ਕਰਦੇ ਬਿਲਕੁਲ ਨਹੀਂ ਸੁਣੋ ਆਪਣਾ ਦਿਮਾਗ ਵਰਤੋ ਤੁਹਾਨੂੰ ਰੱਬ ਨੇ ਦਿਮਾਗ ਦਿੱਤਾ ਆ ਡੋਂਟ ਲਿਸਨ ਟੂ ਅਦਰ ਪੀਪਲ ਯੂਜ਼ ਯਰ ਓਨ ਬ੍ਰੇਨ ਐਂਡ ਪਲੀਜ਼ ਸਪੋਰਟ ਅਸ